ਆਪ ਆਗੂ ਤੇ FIR ਦਰਜ। 12ਵੀਂ ਕਲਾਸ ਦਾ ਬਣਾਇਆ ਜਾਲੀ ਸਰਟੀਫਿਕੇਟ। LLB ਕਰਨ ਦੇ ਲਈ ਟੱਪ ਗਿਆ ਸਾਰੀਆਂ ਹੱਦਾਂ। ਕਾਨੂੰਨ ਦੀ ਪ੍ਰੈਕਟਿਸ ਲਈ ਬਣਾਇਆ ਲਾਇਸੈਂਸ। ਹੁਣ ਕਿਸੇ ਵੇਲੇ ਵੀ ਹੋ ਸਕਦੀ ਗ੍ਰਿਫਤਾਰੀ। ਲੁਧਿਆਣਾ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਕਾਂਗਰਸੀ ਪ੍ਰਧਾਨ ਪਰਮਿੰਦਰ ਸਿੰਘ ਸੰਧੂ ਵਿਰੁੱਧ ਮਾਮਲਾ ਦਰਜ ਕੀਤਾ। ਸੰਧੂ ਤੇ LLB ਕਰਨ ਲਈ 12ਵੀਂ ਜਮਾਤ ਪਾਸ ਕਰਨ ਦੇ ਜਾਲੀ ਸਰਟੀਫਿਕੇਟ ਦੀ ਵਰਤੋਂ ਕਰਨ ਦਾ ਇਲਜ਼ਾਮ ਹੈ। ਆਪ ਆਗੂ ਦੀ ਹਾਲੇ ਤੱਕ ਗ੍ਰਿਫਤਾਰੀ ਨਹੀਂ ਕੀਤੀ ਗਈ। ਪਰਮਿੰਦਰ ਸਿੰਘ ਸੰਧੂ ਵਾਸੀ ਗੋਪਾਲ ਨਗਰ ਟਿੱਬਾ ਰੋਡ ਨੇ ਖੁਦ ਐਡਵੋਕੇਟ ਰਾਜਪਤੀ ਖਿਲਾਫ ਥਾਣਾ ਡਿਵੀਜ਼ਨ ਨੰਬਰ 5 ਦੇ ਵਿੱਚ 11 ਨਵੰਬਰ 2022 ਨੂੰ FIR ਦਰਜ ਕਰਵਾਈ ਸੀ, ਜਿਸ ਦੇ ਵਿੱਚ ਇਲਜ਼ਾਮ ਲਾਇਆ ਸੀ ਕਿ ਦੀਪਕ ਨੇ ਉਸਨੂੰ ਕਾਨੂੰਨ ਦੀ ਪ੍ਰੈਕਟਿਸ ਦੇ ਲਈ ਜਾਲੀ ਲਾਇਸੈਂਸ ਮੁਹੱਈਆ ਕਰਵਾਇਆ ਸੀ। ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਪਰਮਿੰਦਰ ਸਿੰਘ ਸੰਧੂ ਵੱਲੋਂ ਪੇਸ਼ ਕੀਤਾ ਗਿਆ 12ਵੀਂ ਦਾ ਸਰਟੀਫਿਕੇਟ ਜਾਲੀ ਸੀ। ਪੁਲਿਸ ਨੇ ਮੁਲਜ਼ਮ ਖਿਲਾਫ ਉਸੇ FIR ਵਿੱਚ ਕੇਸ ਦਰਜ ਕਰ ਲਿਆ ਜੋ ਉਸਨੇ ਦਰਜ ਕਰਵਾਈ ਸੀ। ਪੁਲਿਸ ਨੇ ਇਹ ਕਾਰਵਾਈ ਐਡਵੋਕੇਟ ਡੇਵਿਡ ਗਿੱਲ ਦੀ ਸ਼ਿਕਾਇਤ ਤੋਂ ਬਾਅਦ ਕੀਤੀ। ਐਡਵੋਕੇਟ ਗਿੱਲ ਨੇ 30 ਜਨਵਰੀ 2023 ਨੂੰ ਦਰਜ ਕਰਵਾਈ ਆਪਣੀ ਸ਼ਿਕਾਇਤ ਵਿੱਚ ਇਲਜ਼ਾਮ ਲਾਇਆ ਸੀ ਕਿ ਮੁਲਜ਼ਮ ਪਰਮਿੰਦਰ ਸਿੰਘ ਸੰਧੂ ਵੱਲੋਂ LLB ਦੇ ਵਿੱਚ ਦਾਖਲਾ ਲੈਣ ਦੇ ਲਈ ਤਿਆਰ ਕੀਤਾ ਗਿਆ 12ਵੀਂ ਕਲਾਸ ਦਾ ਸਰਟੀਫਿਕੇਟ ਜਾਲੀ ਹੈ। ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਜਾਂਚ ਕੀਤੀ। ਪੁਲਿਸ ਦੇ ਅਨੁਸਾਰ ਸੰਧੂ ਨੇ LLB ਦੇ ਵਿੱਚ ਦਾਖਲੇ ਲਈ ਦਿੱਲੀ ਬੋਰਡ ਆਫ ਸੀਨੀਅਰ ਸੈਕੰਡਰੀ ਐਜੂਕੇਸ਼ਨ ਦੇ ਵੱਲੋਂ ਜਾਰੀ 12ਵੀਂ ਕਲਾਸ ਦੇ ਸਰਟੀਫਿਕੇਟ ਦੀ ਵਰਤੋਂ ਕੀਤੀ ਸੀ। ਪੁੱਛਗਿੱਛ ਦੌਰਾਨ ਉਸਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਦੇ ਵਿੱਚ ਦੱਸਿਆ ਸੀ ਕਿ ਉਸਨੇ 2008 ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਤੋਂ 12ਵੀਂ ਪਾਸ ਕੀਤੀ, ਪਰ ਜਨਵਰੀ 2020 ਦੇ ਵਿੱਚ ਉਸਦਾ ਸਰਟੀਫਿਕੇਟ ਗੁੰਮ ਹੋ ਗਿਆ। ਜਦੋਂ ਪੁਲਿਸ ਨੇ ਬੋਰਡ ਦੇ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਸੰਧੂ 2008 ਦੇ ਵਿੱਚ 12ਵੀਂ ਦੇ ਵਿੱਚ ਫੇਲ ਹੋ ਗਿਆ ਸੀ। ਦਿੱਲੀ ਬੋਰਡ ਆਫ ਸੀਨੀਅਰ ਸੈਕੰਡਰੀ ਐਜੂਕੇਸ਼ਨ ਦੇ ਵੱਲੋਂ ਜਾਰੀ ਸਰਟੀਫਿਕੇਟ ਫਰਜ਼ੀ ਸੀ। ਐਡਵੋਕੇਟ ਗਿੱਲ ਨੇ ਕਿਹਾ ਕਿ ਸਿਆਸੀ ਦਬਾਅ ਦੇ ਕਾਰਨ ਪੁਲਿਸ ਸੰਧੂ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ। ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਹੀ ਸੰਧੂ ਨੂੰ ਨਾਮਜ਼ਦ ਕੀਤਾ ਗਿਆ। ਇਹ ਜਾਲੀ ਵਕੀਲਾਂ ਦਾ ਮਾਮਲਾ ਹੈ ਜੀ। ਇੱਥੇ ਲੁਧਿਆਣੇ ਦੇ ਵਿੱਚ ਕਾਫੀ ਵਕੀਲ ਜਿਹੜੇ ਨੇ ਉਹ ਫੇਕ ਡਿਗਰੀਜ਼ ਦੇ ਉੱਤੇ ਪ੍ਰੈਕਟਿਸ ਕਰ ਰਹੇ ਨੇ। ਉਹਦੇ ਵਿੱਚ ਸਾਨੂੰ ਪਤਾ ਲੱਗਾ ਸੀ ਇੱਕ ਪਰਮਿੰਦਰ ਨਾਮ ਦਾ ਲੜਕਾ ਹੈ, ਪਰਮਿੰਦਰ ਸਿੰਘ ਸੰਧੂ। ਉਹਦੇ ਬਾਰੇ 'ਚ ਸਾਨੂੰ 2019 'ਚ ਪਤਾ ਲੱਗਾ ਸੀ, ਜਦੋਂ ਉਹਨੇ 2018 'ਚ ਇਲੈਕਸ਼ਨ ਲੜਿਆ ਔਰ ਜਿੱਤਿਆ ਔਰ ਬਾਰ ਐਸੋਸੀਏਸ਼ਨ ਦਾ ਮੈਂਬਰ ਬਣਿਆ, ਤਦ ਪਤਾ ਲੱਗਾ ਵੀ ਇਹ ਪਹਿਲਾਂ ਛੋਟਾ ਹਾਥੀ ਚਲਾਉਂਦਾ ਸੀ ਅਤੇ ਇਹ ਅਚਾਨਕ ਐਡਵੋਕੇਟ ਬਣ ਗਿਆ। ਜਦੋਂ ਅਸੀਂ ਉਹਦੇ ਬਾਰੇ 'ਚ ਇਨਵੈਸਟੀਗੇਟ ਕੀਤਾ ਤਾਂ ਉਹਦੇ ਪੀ ਨੰਬਰ ਦੀ ਮੈਂ RTI ਲਈ ਬਾਰ ਕੌਂਸਲ ਤੋਂ, ਜਿੱਥੋਂ ਪਤਾ ਲੱਗਾ ਕਿ ਉਹ ਜਿਹੜਾ ਪੀ ਨੰਬਰ ਯੂਜ਼ ਕਰ ਰਿਹਾ, ਉਹ ਪੀ ਨੰਬਰ ਐਕਚੁਅਲ ਦੇ ਵਿੱਚ ਉਹਦਾ ਨਹੀਂ ਹੈਗਾ, ਉਹ ਪੀ ਨੰਬਰ ਪਟਿਆਲੇ ਤੋਂ ਬਿਲੋਂਗ ਕਰਦੇ ਪ੍ਰਿੰਸ ਰੂਪ ਰਾਏ ਦਾ ਹੈ। ਉਸ ਤੋਂ ਬਾਅਦ ਫਿਰ ਮੈਂ ਇਹਦੀ ਇੱਕ ਕੰਪਲੇਂਟ ਜਿਹੜੀ ਸੀ ਉਹ ਬਾਰ ਕੌਂਸਲ ਪੰਜਾਬ ਐਂਡ ਹਾਂਜੀ ਪਟਿਆਲੇ ਤੋਂ ਬਿਲੋਂਗ ਕਰਦਾ ਸੀ ਉਹ ਲੜਕਾ, ਜਿਹਦਾ ਇਨਰੋਲਮੈਂਟ ਨੰਬਰ ਜਿਹੜਾ ਪਰਮਿੰਦਰ ਸਿੰਘ ਸੰਧੂ ਯੂਜ਼ ਕਰ ਰਿਹਾ ਸੀ। ਜਦੋਂ ਸਾਨੂੰ ਪਤਾ ਲੱਗ ਗਿਆ ਕਿ ਇਹ ਕਿਸੇ ਹੋਰ ਦਾ ਇਨਰੋਲਮੈਂਟ ਨੰਬਰ 'ਤੇ ਇਨਰੋਲਡ ਹੈ, ਅਤੇ ਅਸੀਂ ਅੰਦਰੋਂ ਇਹਦੇ ਡਾਕੂਮੈਂਟਸ ਜਦੋਂ ਬਾਰ ਐਸੋਸੀਏਸ਼ਨ ਵਿੱਚੋਂ ਪਤਾ ਕੀਤੇ ਤਾਂ ਪਤਾ ਲੱਗਾ ਕਿ ਉਹ ਡਾਕੂਮੈਂਟ ਸੀ ਇਹਦਾ ਕੋਈ ਅੰਦਰ ਨਹੀਂ ਹੈਗਾ। ਇਹਨੇ ਜਦੋਂ 2018 ਦੇ ਵਿੱਚ ਮੈਂਬਰ ਬਣਿਆ ਬਾਰ ਐਸੋਸੀਏਸ਼ਨ ਦਾ, ਉਦੋਂ ਇਹਨੇ ਕਿਤੇ ਉਹ ਡਾਕੂਮੈਂਟਸ ਜਿਹੜੇ ਸੀ ਉਹ ਸਾਰੇ ਖੁਰਦ ਬੁਰਦ ਕਰ ਦਿੱਤੇ ਸੀ।
ਅਸੀਂ ਇੱਕ ਕੰਪਲੇਂਟ ਮੂਵ ਕੀਤੀ 2021 ਦੇ ਵਿੱਚ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਨੂੰ, ਜਿੱਥੇ ਇੱਕ ਕਮੇਟੀ ਬਣਾਈ ਗਈ, ਕਮੇਟੀ ਨੰਬਰ 5, ਜਿਹਦੇ ਵਿੱਚ ਸ਼੍ਰੀ ਹਰੀਸ਼ ਰਾਏ ਟੰਡਾ ਜੀ ਸੀ ਮੈਂਬਰ ਉਸ ਕਮੇਟੀ ਦੇ, ਅਤੇ CM ਮੁਜਾਲ ਜੀ ਸੀ। ਅਤੇ ਇਹਨਾਂ ਨੇ ਇਨਵੈਸਟੀਗੇਸ਼ਨ ਕੀਤੀ। ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਜਿਹੜਾ ਸੀ 10 ਅਗਸਤ 2022 ਨੂੰ ਜਿਹੜਾ ਇਹ ਉਹਨਾਂ ਦਾ ਆਰਡਰ ਆਇਆ, ਅਤੇ ਉਹਦੇ ਵਿੱਚ 140 ਫੇਕ ਐਡਵੋਕੇਟਸ ਜਿਹੜੇ ਸੀ ਨਿਕਲੇ। ਮੈਨੂੰ 11 ਤੇ ਹਾਂਜੀ ਲੁਧਿਆਣਾ ਡਿਸਟ੍ਰਿਕਟ ਕੋਰਟਸ ਵਿੱਚੋਂ 140 ਐਡਵੋਕੇਟਸ ਦਾ ਨਾਮ ਆਇਆ ਉਸ ਲਿਸਟ ਦੇ ਵਿੱਚ, ਵੀ ਇਹ ਮਤਲਬ ਕਿ ਲੱਗ ਰਹੇ ਨੇ ਵੀ ਫੇਕ ਨੇ, ਇਨਕਲੂਡਿੰਗ ਪਰਮਿੰਦਰ ਸਿੰਘ ਸੰਧੂ। ਉਹਦੇ ਵਿੱਚ ਕੁਛ ਗਲਤ ਨਾਮ ਵੀ ਪੈ ਗਏ ਸੀ, ਜਿਹੜੇ ਬਾਅਦ ਦੇ ਵਿੱਚ ਉਹਨਾਂ ਨੇ ਸੁਧਾਰ ਕਰਦੇ ਹੋਏ ਉਹਨਾਂ ਦੇ ਨਾਮ ਉਸ ਲਿਸਟ ਵਿੱਚੋਂ ਬਾਹਰ ਕੱਢੇ।